ਕੋਸ਼ਿਸ਼ ਕਰੋ, ਦੇਖੋ ਕੀ ਹੁੰਦਾ ਹੈ ਕਿ ਜਨਰੇਸ਼ਨ ਹੀ ਜਨਰੇਸ਼ਨ ਨੂੰ ਸੰਭਾਲਦੀ ਹੁੰਦੀ ਹੈ। ਜਿੱਦਾਂ ਤੁਸੀਂ ਮੀਡੀਆ ਤੁਹਾਡੇ ਪੰਜਾਬੀ ਇੱਥੇ ਬਹੁਤ ਸਟਰੋਂਗ ਹੈ, ਸਿਆਸੀ ਪਿੜ ਚ ਵੀ ਅੱਛੇ ਹੈ, ਕੋਸ਼ਿਸ਼ ਕਰੋ ਜੀ ਉਧਰੋਂ ਜਿੰਨੇ ਸਟੂਡੈਂਟਸ ਆ ਸਕਦੇ ਹੈ। ਜਾਂ ਫਾਰਮਰਸ ਦੀ ਕਦੇ ਇਮੀਗ੍ਰੇਸ਼ਨ ਖੁੱਲੀ ਨਹੀਂ, ਮੈਂ ਤਾਂ ਹਰ ਮੁਲਕ 'ਚ ਜਾ ਕੇ ਇੱਥੇ ਮਿਲਦਾ ਇਹੀ ਗੱਲ ਕਰਦਾ ਕਿ ਜਿਹੜੇ ਸਾਡੇ ਉੱਥੇ ਫਾਰਮਰ ਬਹੁਤ ਮਿਹਨਤੀ ਹੈ। ਈਵਨ ਤੁਹਾਡੇ ਇੰਗਲੈਂਡ 'ਚ ਵੀ ਖੇਤੀ ਜੋ ਜ਼ਮੀਨ ਇਹਨਾਂ ਨੇ ਬਹੁਤ ਅਜੇ ਵੀ ਰੱਖੀ ਹੋਈ ਹੈ, ਹਾਲਾਂਕਿ ਪਾਪੂਲੇਸ਼ਨ ਬਹੁਤ ਹੈ ਬਟ ਇਹਨਾਂ ਨੇ ਆਪਣਾ ਦਾਇਰਾ ਨਹੀਂ। ਮੈਨੂੰ ਲੱਗਦੀ ਹੈ ਉਹ ਉਸ ਤਰ੍ਹਾਂ ਦੀ ਕੋਈ ਕੈਟਾਗਰੀ ਸ਼ੁਰੂ ਹੋਣੀ ਚਾਹੀਦੀ ਜਿਹਦੇ 'ਚ ਤਾਲੀਮ ਘੱਟ ਅਤੇ ਤਜ਼ਰਬਾ ਹੋਵੇ, ਕਿਉਂਕਿ ਇੱਕ ਕਿਸਾਨ ਕੋਲ ਕਈ ਵਾਰੀ ਉੰਨੀ ਵਿੱਦਿਆ ਨਹੀਂ ਹੁੰਦੀ ਬਟ ਉਹਦੇ ਕੋਲ ਮਿਹਨਤ ਦਾ ਤਜ਼ਰਬਾ ਅਤੇ ਜਿਹਦਾ ਸਾਡੀ ਸਰਕਾਰ ਕਦੇ ਸਰਟੀਫਿਕੇਟ ਨਹੀਂ ਦਿੰਦੀ। ਮੈਨੂੰ ਲੱਗਦਾ ਇਸ ਤਰ੍ਹਾਂ ਦੀ ਇਮੀਗ੍ਰੇਸ਼ਨ ਖੋਲ੍ਹੋ, ਉਹਦੇ ਨਾਲ ਥੋੜ੍ਹਾ ਜਿਹਾ ਖੁਸ਼ਹਾਲ ਹੋ ਜਾਣਗੇ ਲੋਕ, ਕਿਉਂਕਿ ਜਿਹੜੀ ਗੁਰਬਤ ਹੈ ਐਡੀ ਛੇਤੀ ਚੱਕੀ ਨਹੀਂ ਜਾਣੀ। ਹਾਂ, ਇਹ ਕਾਗਜ਼ਾਂ 'ਚ ਚੱਕੀ ਜਾ ਸਕਦੀ ਹੈ ਬਟ ਆਮ ਜ਼ਿੰਦਗੀ ਬੜੀ ਦੁੱਬਰ ਹੋ ਗਈ, ਖਰਚੇ ਬਹੁਤ ਵੱਧ ਕੇ ਜ਼ਿੰਦਗੀ ਬੜੀ ਮਹਿੰਗੀ ਹੋ ਗਈ। ਸਹੂਲਤਾਂ ਬੁਨਿਆਦੀ ਹਰ ਬੰਦੇ ਨੂੰ ਚਾਹੀਦੀਆਂ। ਜਿਹਦੇ ਕੋਲ ਸਾਈਕਲ ਉਹਨੂੰ ਸਕੂਟਰ ਚਾਹੀਦਾ, ਜਿਹਦੇ ਕੋਲ ਸਕੂਟਰ ਨੂੰ ਕਾਰ ਚਾਹੀਦੀ, ਇਹ ਇਨਸਾਨ ਦੀ ਲੋੜ ਹੈ। ਉਸ ਕਰਕੇ ਮੈਨੂੰ ਲੱਗਦੀ ਹੈ ਉੱਥੇ ਅਜੇ ਬਹੁਤ ਚੀਜ਼ਾਂ ਕਰਨ ਵਾਲੀਆਂ। ਬਹੁਤੇ ਬੰਦੇ ਕਹਿੰਦੇ ਕਿ ਸ਼ਾਇਦ ਸਿਆਸਤ ਨਾਲ ਹੀ ਪੰਜਾਬ ਬਦਲੂਗਾ, ਮੈਨੂੰ ਲੱਗਦਾ ਨਹੀਂ, ਸਮਾਜਿਕ ਕੰਮਾਂ ਨਾਲ ਬਦਲੂਗਾ, ਸਿਆਸਤ ਨਾਲ ਕੁਛ ਨਹੀਂ ਹੋਣਾ। ਸਿਆਸਤ ਕੁਛ ਨਹੀਂ ਕਰ ਸਕਦੀ ਕਿਉਂਕਿ ਉਹਦੇ ਨਾਲ ਸਰਕਾਰ ਚੇਂਜ ਹੋ ਸਕਦੀ ਹੈ ਬਟ ਉਹਦੇ ਨਾਲ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨਹੀਂ ਪੁੱਜ ਸਕਦੀਆਂ। ਤੇ ਹੁਣ ਤੁਹਾਨੂੰ ਲੱਗਦਾ ਕਿ ਜਿਵੇਂ ਐਨ ਜੀ ਓਜ਼ ਬਣਾ ਕੇ ਕਾਫੀ ਲੋਕ ਆਪ ਕੰਮ ਕਰਨ ਲੱਗੇ ਹੋਏ ਨੇ? ਬਹੁਤ ਲੋਕ ਕਰਦੇ ਹਨ, ਖਾਲਸਾ ਏਡ ਵਾਲੇ ਬੜਾ ਅੱਛਾ ਕੰਮ ਕਰਦੇ ਹਨ, ਬਹੁਤ ਬਹੁਤ ਮਿਹਨਤ ਕਰਦੇ ਹਨ ਜੀ। ਉਸ ਤੋਂ ਬਿਨਾਂ ਵੀ ਹੋਰ ਬਹੁਤ ਲੋਕ ਆ ਜਿਹੜੇ ਗੁਪਤ ਰੂਪ 'ਚ, ਜਿੱਦਾਂ ਅਸੀਂ ਪਹਿਲਾਂ ਚੁੱਪ ਚਾਪ ਜੇ ਸੀ ਬਟ ਜਦੋਂ ਹੁਣ ਅਸੀਂ ਜੋੜਾਂਗੇ ਸਾਰਿਆਂ ਨੂੰ ਨਾਲ, ਕਿੰਨੇ ਚੈਨਲਸ ਆ ਆਪਣੇ ਪੰਜਾਬੀ ਬਾਹਰ, ਕਿੰਨੇ ਰੇਡੀਓਜ਼ ਆ ਹਰ ਸ਼ਹਿਰ 'ਚ ਅਸੀਂ ਸ਼ੋਅ ਕਰਦੇ ਹਾਂ। ਅਤੇ ਹੁਣ ਜੇ ਆਪਾਂ ਬੁਨਿਆਦੀ ਤੌਰ 'ਤੇ ਚੋਲੀ, ਜੇ ਆਪਾਂ ਮੰਨ ਲਓ ਕਲੈਕਸ਼ਨ ਕਰਕੇ ਵੀ ਜੇ ਤੁਹਾਡੇ ਰੇਡੀਓ ਤੋਂ 10,000-20,000 ਪਾਉਂਡ ਵੀ ਇਕੱਠਾ ਕਰ ਲਈਏ ਤਾਂ ਸਾਡੇ ਤਾਂ ਕਿੰਨੇ ਹੋ ਜਾਣੇ, 7-8 ਗੁਣਾ ਹੋ ਜਾਣੇ ਨਾ। ਇੱਦਾਂ ਆਪਾਂ ਦੇਖੋ ਇਕੱਲੇ ਨਹੀਂ ਚੇਂਜ ਲੈ ਸਕਦੇ, ਇਹ ਤਾਂ ਸਾਨੂੰ ਦੇਖ ਕੇ ਕੋਈ ਹੋਰ ਤੁਰੂਗਾ, ਕਿਸੇ ਨੂੰ ਦੇਖ ਕੇ ਹੋਰ ਤੁਰੂਗਾ, ਇਹ 'ਚ ਕੋਈ ਮਤਲਬ ਆਪਾਂ ਕੋਈ ਆਸਾਨ ਥੋੜ੍ਹੀ ਕਰ ਰਹੇ ਹਾਂ, ਇਹ ਆਪਣੇ ਫਰਜ਼ ਹੈ। ਅੱਜ ਭਗਵਾਨ ਜੀ ਆਪਣਾ ਹੁਣ ਖਬਰਾਂ ਦਾ ਵਕਤ ਨੇੜੇ ਆ ਰਿਹਾ, ਉਸ ਤੋਂ ਬਾਅਦ ਆਪਾਂ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸਾਡੀ ਗੱਲਬਾਤ ਥੋੜ੍ਹੀ ਅੱਜ ਪੰਜਾਬੀਆਂ ਦੇ ਮਾਣ, ਪੰਜਾਬੀਆਂ ਦਾ ਮਾਣ ਬੱਬੂ ਮਾਨ ਜੀ ਦੇ ਨਾਲ ਗੱਲਾਂ ਬਾਤਾਂ ਆਪਾਂ ਜਾਰੀ ਰੱਖਾਂਗੇ 2:15 ਵਜੇ ਤੱਕ। ਅਤੇ ਹੁਣ ਆਪਾਂ ਸੁਣਾਂਗੇ ਸਕਾਈ ਨਿਊਜ਼, ਆਖੀ ਦਾ ਸਾਥ ਤੇਰੀ ਹੈ ਪਾਮੀ, ਤੁਸੀਂ ਸੁਣ